ਹਾਂਜੀ ਦੋਸਤੋ ਜੇ ਸਾਡੇ ਬੈਕਜਾਰਡ ਦੇ ਵਿੱਚ ਇਦਾਂ ਘਾਹ ਲੱਗਿਆ ਬਹੁਤ ਜ਼ਿਆਦਾ ਜਾਂ ਫਰੰਟਜਾਰਡ ਤੇ ਤੇ ਤੁਸੀਂ ਘਾਹ ਨੂੰ ਟੇਕ ਕੇਅਰ ਕਰਨਾ ਚਾਹੁੰਦੇ ਆ ਤੇ ਘਾਹ ਦੇ ਵਿੱਚ ਇਦਾਂ ਕੋਈ ਬੂਟੀ ਹੈਗੀ ਐ ਜਿਵੇਂ ਆ ਮੇਰੇ ਦੇਖੋ ਬਹੁਤ ਜ਼ਿਆਦੇ ਬੂਟੀ ਹੋਈ ਆ ਇਹ ਮੈਂ ਬਹੁਤ ਮਹੀਨੇ ਹੋ ਗਿਆ ਮੈਂ ਇਹਨੂੰ ਕੋਈ ਟ੍ਰੀਟ ਨਹੀਂ ਕੀਤਾ ਤਾਂ ਮੈਂ ਇੱਕ ਦਵਾਈ ਆ ਦੋਸਤੋ ਟੈਸਟਡ ਕੀਤੀ ਹੋਈ ਮੈਂ ਅੱਗੇ ਸਪਰੇਅ ਕੀਤੀ ਸੀ ਤੇ ਇਹਨੇ ਵਿੱਚ ਕੋਈ ਵੀ ਬੂਟੀ ਨਹੀਂ ਛੱਡੀ ਕੱਲਾ ਘਾਈ ਰਿਹਾ ਸੀਗਾ ਤੇ ਆ ਸਪਰੇਅ ਆ ਆ ਦੇਖ ਲਓ ਜੇ ਕਿਸੇ ਦੇ ਕੋਈ ਪ੍ਰੋਬਲਮ ਹੈਗੀ ਇਦਾਂ ਦੀ ਬਹੁਤ ਜ਼ਿਆਦੇ ਬੂਟੀ ਆ ਤੇ ਇਹ ਸਪਰੇਅ ਤੁਸੀਂ ਲੈ ਕੇ ਜਿਹੜੀ ਐ ਇਹਨੂੰ ਅੱਜ ਮੈਂ ਵੀਕ ਦੇ ਵਿੱਚ ਕਰ ਦੇਣੀ ਤੇ ਫਿਰ ਇੱਕ ਵੀਕ ਬਾਅਦ ਮੈਂ ਇਹਨੂੰ ਫੇਰ ਕਰਨਾ ਦੋ ਸਪਰੇਅ ਦੇ ਨਾਲ ਇਹਨੇ ਘਾਹ ਨੂੰ ਪੂਰਾ ਕਲੀਨ ਕਰ ਦੇਣਾ ਵਾ ਤੇ ਇਹ ਹੈਗੀ ਹੈ ਵੀਡ ਸਟਾਪ ਤੇ ਨਾ ਪੜ ਲਓ ਇਹ 250 ਤਰ੍ਹਾਂ ਦਾ ਜਿਹੜਾ ਇਹਦੇ ਵਿੱਚ ਕੋਈ ਵੀਡ ਹੈਗਾ ਘਾਹ ਦੇ ਵਿੱਚ ਉਹਨੂੰ ਮਾਰਦੀ ਹੈ ਤੇ ਇੱਕ ਪੂਰੀ ਸ਼ੀਸ਼ੀ ਦੇ ਨਾਲ ਇਹ ਅਪਰੋਕਸਿਮੇਟਲੀ 5000 ਸਕੁਅਰ ਫੁੱਟ ਤੱਕ ਇਹ ਕਵਰ ਕਰਦੀ ਹੈ ਤੇ ਇਹ ਜਿਹੜਾ ਰਿਜ਼ਲਟ ਆ ਇਹ ਕਹਿੰਦੇ ਵੀ 8 ਤੋਂ 10 ਘੰਟਿਆਂ ਦੇ ਵਿੱਚ ਪਰ ਮੈਂ ਇਹਨੂੰ ਦੇਖਿਆ ਇਹਨੂੰ ਇੱਕ ਵੀਕ ਲੱਗਦਾ ਹੈ ਇੱਕ ਵੀਕ ਦੇ ਵਿੱਚ ਵਿੱਚ ਜਿਹੜਾ ਘਾਹ ਦੇ ਵਿੱਚ ਤੁਸੀਂ ਬੂਟੀ ਦੇਖਣ ਲੱਗ ਜਾਓਗੇ ਜਿਹੜੀ ਸੁੱਕ ਗਈ ਆ